ਰਤ ਵਧੀਏ ਫਰਮੈਂਦਨ ਮੈਂ ਤਾਂ ਕਰਬਲਾ ਤੂੰ ਆਖਣ ਲੱਗਾ ਮੇਰਾ ਸੀਨਾ ਹਾਜ਼ਰ ਇਵੇਂ ਬਿਸਮਿਲਲਾ ਪੜ ਕੇ ਸੈਯਦਾ ਦਾ ਮੇਰਾ ਦੇ ਸੀਨੇ ਤੇ ਸੁੱਤੀਏ ਆਦੀ ਗੱਲਾਂ ਕਰੇ ਦੀ ਰਾਮਾ ਸੈਯਦਾ ਦੇ ਜਿਵੇਂ ਮਰਜ਼ੀ ਆਖੀ ਬੋਲ ਆਦੀ ਇੱਥਾ ਜਿਹੜਾ ਮਰੇ ਉਹਨੂੰ ਕਿੱਥਾ ਦਫਨੇ ਸੈਯਦਾ ਦੇ ਸ਼ਰੀਆ ਦਾ ਡਰੇ ਜਿਹੜਾ ਨੇੜੇ ਕਬਰਿਸਤਾਨ ਹੋਵੇ ਮਈਆ ਦਫਨਾਓ ਆਦੀ ਮਈਆ ਤਮਾਰ ਰੱਖੀ ਨੇ ਤੇਰੀ ਕੇ ਮਰਜ਼ੀ ਆਈ ਆਦੀ ਹਸਰਤ ਇਵੇਂ ਆਈ ਮੈਨੂੰ ਅਮਾਨ ਚ ਰੱਖੇ ਕਦਾ ਤਾਂ ਤੇਰੀਆਂ ਕੈਦਾਂ ਛੁੱਟੇ ਨਾ ਅੱਜ ਤਾਂ ਤਰੇ ਮਾਮਾ ਲੋੜ ਆਉਣੀਆਂ ਉੱਥਾ ਚਾਰ ਚਮ ਗਿਆ ਅਮਾ ਰਬਾ ਵੱਖਰੇ ਮਾਮਲੇ ਚ ਬਹਿ ਵੰਜਿਆ ਮੇਰੇ ਮਈਆ ਚਾ ਕੇ ਮੇਰੀ ਮਾਂ ਦੀ ਝੋਲੀ ਚ ਰੱਖਿਆ ਸੈਯਦੀ ਰਾਤ ਵਧੀਏ ਫਰਮੈਦਰ ਕੀਤਾ ਦਮਨ ਕਰਾਂ ਨੱਜਾ ਆਦੀਏ ਰੁੱਠੀ ਵਧੀਆ ਕਿੱਥਾ ਦਫਨ ਕਰਾ ਮਦੀਨੇ ਆਦੀ ਤੀਰਾਂ ਦੀ ਡਰੀ ਵਧੀਆ ਸਜਾਦਾ ਦੇ ਕੀਤਾ ਦਫਨ ਕਰਾ ਆਦੀ ਖਾਹਿਸ਼ ਤਾਈ ਮੈਂ ਆਈ ਹੁਣ ਕਰਬਲਾ ਕਬਰਾਂ ਬਣ ਗਈਆਂ ਅਸਗਰ ਤੇ ਅਕਬਰ ਦੇ ਦਰਮਿਆਨ ਮੇਰੀ ਕਬਰ ਚ ਬਣਾ ਵਿਆ ਕਹਿ ਵੇਲੇ ਸਜਾਦ ਮੈਂ ਅਕਬਰ ਦਾ ਸੀਨਾ ਚੁੰਮਾ ਕਹਿ ਵੇਲੇ ਭਰਾ ਦੀ ਗਰਦਨ ਚੁੰਮ ਕੇ ਆਖਾ ਆ ਕਹਿ ਦਿਨ ਭੇੜ ਮਿਲਣ ਆਈ ਨਾ ਵੋ ਜਗਵਾ ਮੈਂ ਮਿਲਣ ਆਈ ਸੁਭਾਨ ਅੱਲਾਹ ਇਹ ਹੁਣ ਉਹਨੇ ਮੇਰੀਆਂ ਧੀਆਂ ਵਾ ਵਹਿਣ ਕਰਕੇ ਉਹਨੇ ਅਜ਼ਾਦਾ ਰਹੋ ਮਾਤਮ ਕਰਕੇ ਉਹਨਾਂ ਕਰੋ ਜਿਹੜੀ ਸ਼ਾਮ ਚੋ ਆਈ ਹੈ ਜਿਹੜਾ ਰਾਤ ਬੈਠਾ ਰਹਿੰਦਾ ਸੱਜਾ ਦੀ ਰਾਤ ਵਧੀ ਹੈ ਫਰਮੈਂਦਨ ਤੇਰੀ ਵਸੀਅਤ ਆਦੀ ਵਸੀਅਤ ਨਹੀਂ ਇਹ ਤਾਂ ਦਿਲ ਦਾ ਹਾਲ ਹੈ ਵਸੀਅਤ ਹੀ ਹੈ ਜਿੱਥਾ ਫਰੇ ਉੱਥਾ ਹੀ ਦਫਨਾ ਵਿੱਚ ਹੁਣ ਮਰਦੇ ਉੱਥਾ ਉਛਾਲਿਓ ਮਰ ਜਾਓ ਫਿਰ ਸ਼ਾਇਦ ਅਬਾਸ ਲੁਕੈ ਦਾ ਨਾ ਤੇਰੀ ਜੱਦ ਦੀ ਕਸਮ ਹੈ ਸੈਯਦਾਦਾ ਇਮਾਮ ਦੀ ਆਵਾਜ਼ ਆਉਂਦੀ ਹੈ ਸਰ ਲੈ ਆਵਾ ਆਦੀ ਅਜਾ ਨਾ ਸਰ ਗਿਨਾ ਇਹ ਗੱਲ ਅਹਿਮ ਹੈ ਜਿਹੜੀ ਮੈਂ ਹੁਣ ਪੁੱਛਣੀ ਹੈ ਸਾਡਾ ਜੋ ਇਹਦਾ ਨੁਕਸਾਨ ਕਰਬਲਾ ਹੋਇਆ ਸਾਡੇ ਟੁਰ ਵੱਜਣ ਦੇ ਬਾਅਦ ਕੋਈ ਗੱਲਾਂ ਕਰੇ ਸੀ ਜਾਂ ਨਾ ਕਰੇ ਸੀ ਸੈਯਦ ਫਰਮੈਂਦਨ ਮੈਂ ਉੱਠੀ ਕੇ ਤੈਨੂੰ ਸਮਝਾਉਂਦਾ ਸਮੀਰ ਹੁਸੈਨ ਸ਼ਾਹ ਜੀ ਤੁਹਾਡਾ ਦਾਦਾ ਉੱਠੇ ਭੇਣ ਨੂੰ ਝੋਲੀ 'ਚ ਬੁਲਾਇਆ ਪੈਸ਼ਾਨੀ ਚੁੰਮ ਕੇ ਫਰਮੈਂਦਨ ਅੱਲਾ ਇਹੋ ਜਿਹੀ ਕੌਮ ਪੈਦਾ ਕਰੇ ਸੀ ਜਿਹੜੇ ਹਰ ਮੌਸਮ ਵਿੱਚ ਧੀਆਂ ਨੂੰ ਨਾਲ ਲਾ ਕੇ ਬੱਚਿਆਂ ਨੂੰ ਨਾਲ ਲਾ ਕੇ ਪੈਦਲ ਟੁਰਦੇ ਹੋਏ ਤੇਰੇ ਬਾਬੇ ਦੇ ਘਰ ਆ ਬਸੇ ਹਰ ਮੌਸਮ ਵਿੱਚ ਭਾਵੇਂ ਸਰਦੀ ਹੋਈ ਭਾਵੇਂ ਗਰਮੀ ਹੋਈ ਧੀਆਂ ਨੂੰ ਨਾਲ ਸਿਰ ਛੋਟੇ ਛੋਟੇ ਬੱਚਿਆਂ ਨੂੰ ਚਾਹ ਕੇ ਬੜਾ ਪਦ ਕਰਕੇ ਤੇਰੇ ਬਾਬੇ ਹੁਸੈਨ ਦੇ ਘਰ ਆ ਬਸੇ ਮਿੱਟੀ ਤੇ ਬਹਿ ਕੇ ਵਾਲ ਖੋਲ ਕੇ ਵਹਿਣ ਕਰਕੇ ਤੇਰੇ ਬਾਬੇ ਦੀ ਗੁਰਬਤ ਰੋਸੇ ਬੱਚੀ ਵੀਰ ਦੀ ਪਰੇਸ਼ਾਨੀ ਤੇ ਬੋਸਾ ਦੇ ਕੇ ਆਦੀਏ ਮਾਈ ਫੁੱਫੀ ਦੇ ਨਾਲ ਮਜਲੇ ਸਿਜਾਸਾ ਜਦਾ ਸਾਕੁਰੋ ਸਿਰ ਮੈਂ ਵਾਲ ਖੁੱਲੇ ਸਾ ਵਾਲ ਖੋਲ ਕੇ ਆਖਸਾ ਮੈਂ ਡਾਲਾ ਪਹਿਲੇ ਜੰਨਤ ਵੈਸੇ ਮੈਂ ਬਾ ਸਦਕੇ ਸਦਕੇ ਹੁਣ ਉਹਨੇ ਅੱਲਾ ਹਯਾਤੀ ਦਰਾਜ਼ ਹੱਥ ਨਾ ਬੱਧੇ ਕਰੋ ਤੁਹਾਡਾ ਬੜਾ ਮਕਾਮ ਹੈ ਬੱਚੀ ਦੀ ਆਵਾਜ਼ ਪੈ ਜਾਂਦੀ ਹੈ ਬਿਸਮਿਲਾ ਮੁਲ ਗੁਲਾਮ ਹੁਰ ਸਾਹਿਬ ਬਿਸਮਿਲਾ ਮੈਂ ਯਾਦ ਮੰਨੋ ਸਕੀਨਾ ਆਦਿ ਹੈ ਸਜਾਦ ਮਤ ਮੇਰਾ ਸਨੀਆ ਉਹਨਾਂ ਤੱਕ ਪਹੁੰਚਾਵੇ ਜਾ ਉਹਨਾਂ ਨੂੰ ਆਖੇ ਭਾਵੇਂ ਮਜਲੇ ਸਿਕਰੀ ਦੀ ਹੋਵੇ ਭਾਵੇਂ ਤ੍ਰੈ ਦੀਆਂ ਦੀ ਹੋਵੇ ਜਿਹੜੇ ਵੇਲੇ ਆਖਰੀ ਟਾਈਮ ਆਵੇ ਮੇਰੇ ਚਾਚੇ ਦਾ ਅਲਮ ਬਰਾਮਦ ਕਰਾਏ ਮੇਰੇ ਭਰਾਸ ਘਰ ਦਾ ਝੂਲਾ ਬਰਾਮਦ ਕਰਾਏ ਬੱਚੇ ਰੋ ਕੇ ਆਦਿ ਸਨੀਆ ਦੇਵੇ ਉਹਨਾਂ ਨੂੰ ਆਖੇ ਜ਼ੁਲਜਨਾ ਬਰਾਮਦ ਕਰਾਏ ਜਿਹੜਾ ਆਖਰੀ ਬੰਦਾ ਉੱਠੀ ਵੇ ਉਹਦੇ ਵਾਰੇ ਜ਼ੁਲਜਨਾ ਲਿਆਵੇ ਉਹਨੂੰ ਗੋਡੀ ਲਵਾਏ
ਮੇਰੇ ਵੇਲੇ ਗੋਲੀ ਲਾਗਨੇ ਉਹਦੀ ਕੋਚ ਚ ਪੱਗ ਰੱਖਾ ਏ ਮੇਰਾ ਬਾਬਾ ਔਖਾ ਲੱਥਾ ਓ ਮੇਰੇ ਬਾਬੇ ਦੇ ਛੁੜਾਵਣ ਓ ਮੈਂ ਕੋ ਜ਼ਖਮ ਚਾਵਾ ਫਸ ਗਏ ਪੈਰ ਲਗਾ ਬਾਵਿਚ ਮੈਂ ਕੁਵੇਰ ਅਬਾ ਬੁਲਾ ਦੇ ਓ ਮੇਰੇ ਫਸ ਗਏ ਪੈਰ ਲਗਾ ਬਾਵਿਚ ਮੈਂ ਕੁਵੇਰ ਅਬਾ ਬੁਲਾ ਦੇ ਹੁਣ ਨਾ ਬਚਦਾ ਦਰ ਖੈਮੇ ਅਤੇ ਬਿਸਮਿਲਾ ਬਿਸਮਿਲਾ ਜੀ ਬਿਸਮਿਲਾ ਮੈਂ ਨੌਕਰਾਂ ਅੱਜ ਲਾਣਾ ਸੁਣੇ ਨਾ ਨਰਾ ਨਵਿਆਏ ਲੱਥਾ ਫਖਰ ਖਲੀਲ ਦਾ ਮਕਤਲ ਵਿੱਚ ਸ਼ਮਰ ਕੋ ਹੱਸਦਾ ਇਹਦੀਆਂ ਜ਼ੁਲਫਾਂ ਵਿੱਚ ਬਿਸਮਿਲਾ ਬਿਸਮਿਲਾ ਸੈਨ ਦੀ ਮਖਸੂਸੀ ਏ ਆਈ ਸਾਦਾਤ ਕੋਲੋਂ ਮਾਫੀ ਮੰਗ ਕੇ ਇੱਕ ਵੈਣ ਪੜਦਾ ਜਦਾ ਜ਼ੁਲਜਨਾ ਨੂੰ ਪਤਾ ਲੱਗਿਆ ਅਕਬਰ ਦਾ ਬਾਬਾ ਜ਼ੀਨ ਤੂੰ ਲਹਿ ਗਈ ਹੈ ਜ਼ੁਲਜਨਾ ਪਿਛਲੇ ਕਦਮਾਂ ਤੇ ਵਾਪਸ ਆਏ ਕਦਮਾਂ ਤੇ ਪਹਿਚਾਨੀ ਰੱਖੀ ਆਪਣੀ ਬੋਲੀ ਚ ਬੋਲ ਕੇ ਆਦੇ ਮੌਲਾ ਆਖੋ ਤਾਂ ਮਦੀਨੇ ਖਿਣ ਵੱਲਿਆ ਆਖੋ ਤਾਂ ਨਜਬ ਖਿਣ ਵੱਲਿਆ ਇਮਾਮ ਨੇ ਜ਼ੁਲਜਨਾ ਦੇ ਗੱਲ ਚ ਬਾਹੀ ਚਬਾਈਲ ਹੌਲੀ ਹੌਲੀ ਆਵਾਜ਼ ਆਈਏ ਨਾ ਨਜਬ ਖਿਣ ਮਾਲ ਨਾ ਮਦੀਨੇ ਖਿਣ ਮਾਲ ਜ਼ੁਲਜਨਾ ਪੁੱਛਦੇ ਮੌਲਾ ਕਿਨ ਖਿਣ ਵੱਲਿਆ ਰੋਕਿਆ ਦਿਲ ਖਿਣ ਵੱਲ ਅਕਬਰ ਦੇ ਮਾਤਮ ਕਰੋ ਤੁਹਾਡੇ ਮਜ਼ਹਬ ਵਿੱਚ ਰੋਕਿਆ ਦਿਲ ਖੇਲ ਵਾਂਝ ਅਕਬਰ ਦੇ ਸਕੀਨਾ ਦੀ ਆਵਾਜ਼ ਪਿਆਂਦੀ ਏ ਜਿਹੜਾ ਜ਼ੁਲਜਨਾ ਗੋਲੀ ਲਾਵੇ ਉਹਦੀ ਕੋਚ ਚ ਦਸਤਾਰ ਰਖਾਏ ਅਗਰ ਸਹੀ ਆਜ਼ਾਦੀ ਬੱਚੀ ਮਿਲ ਵਣੇ ਉਹਨੂੰ ਬੁਰਕਾ ਪਵਾ ਕੇ ਜ਼ੁਲਜਨਾ ਤੋਂ ਭਿਜਾਏ ਜਿਹੜੀ ਕੋਚ ਚ ਪੱਗ ਹੋਵੇ ਉਹ ਚਾਹ ਕੇ ਸਹੀ ਆਜ਼ਾਦੀ ਅਖਬਾਰ ਕਹਿੰਦੇ ਸੀ ਜੋ ਮੇਰੇ ਬਾਬੇ ਦੀ ਦਸਤਾਰ ਜਿਹੜੇ ਵੇਲੇ ਜ਼ੁਲਜਨਾ ਘਰ ਬੁਲਾਇਆ ਕੋਚ ਚ ਪੱਗ ਮੈਂ ਚਾਹੀਏ ਅੱਜ ਸਕੀਨਾ ਦੀ ਸੁਨਤ ਅਦਾ ਕਰਨ ਵਾਸਤੇ ਸਹੀ ਆਜ਼ਾਦੀ ਜ਼ੁਲਜਨਾ ਤੋਂ ਟੁਰ ਪਈਏ
قاضی چھوٹے بھائی سفیرہ دے حاجی صاحب سیدادی زو جناد ہو گئی ہے سیدہ رستہ دیتے ہیں اے ہوں دی سنت ادا ہے جڑی پیوک ملن گئی ہے ہر حرامی مرے دا بی بی آدھی بابی میرا مرنے آئی زخمی پیو کو ملا لکی تیو جدہ بان ویچ سین سکینا مقتل دے ویچ پیو دے دا ملاقات دا جہاب کرینا رنگ بدل گیا معصوم دا جدا ڈٹھا ہے سشما بسم اللہ بسم اللہ بس ایک بزرگاں دا وین پڑھدا جڑے ماتمی ادار بیٹھے ہو نہیں دسیں دھی بابے دے گل چ بائی کیویں بائیل صدقے جاؤ او جڑے قدیمی ددار بیٹھو نہیں دسیں دا جدا کمی دا کول اس غریب دی تھی نو کیویں ہٹایا یہ کوئی دسیں دا امام دی آواز یہ تے کون ہے تے میں کو سمجھنا ہے ایک ملت لا جدا خنجر چلاوے خیام دیر کنڈ کر کھلوے صدقے صدقے اے کمینہ پوچھ دے کیوں حسین امام دی آواز یہ میری بھیڑ خیام دے در تے کھڑی ہے متا تو خنجر چلاویں میری بھیڑ دی اچھی ہائے نکل ونجے متا میری بھیڑ دا قدم باہر آونجے اے کمینہ جوش دی کلام کر کے دے نہیں حسین جی میں میری مرضی آسی میں ہوں میں خنجر چلے سا اس جوش دی کلام کی تیے ستر قدم تے غریب دی بھیڑ خار تے جھڑ پئیے سلمان کیا دیے اندی ملنا تو نہ کروا اب صاحب اولاد سکینہ دی آواز بیان دیے زلجنا برآمد کرائے وت اللہ برآمد کرائے وت وین بلند جیویں جو نار ربا بیٹھی آئی بی بی آدھی بھرا کو ڈسا رو دی کیوں نے آدھی سجاد ویکھ احسان کرائے میرے بھرا دا جھولا برآمد کرائے میں کبار چوی دعا کرے سا جدا پیگا برآمد کرائے وچ چولا رکھائے او میرے بھرا دا سر چھوٹا منگا تا پانی آئے یار ایمان نہ لسائے چھ ماہ دے بچے دا اتنا کمیز ہوندے اے جو نو دریا واندے پائیں اگر دیوے نا اے گھٹ پانی دے چڑیوے نا سکینہ دی اگر پانی دیوے نا میرا بھرا بچ پوے اصغر واسطے چھوٹی سیدہ دی پانی گرائیے اصغر دی ماں نوکر پانی گرائیے آدھی جو میرا بچڑا تس آج آویا نوکر پانی گنائی ہوں اجازت دیو تانو بطول دے زخمی پاسے دا واسطہ ہے جنہاں دی زبان ہے مولوی غلام اور پورا مجمع بولے اج پڑھا چا
زبان حلاؤن سینہ پیارا نہ کرائے پیر شاید عباس بچڑا دی زندگی ہوئی زخمی بائی ویر دے گالج باتی ہے پہشانی تے بہت سدے کیا دیے میں تیری کے لگ دیا امام دی آواز پیان دیے میری پیاری بھین چھوٹے چھوٹے مخدوم صاحب ہاتھ بدے آدھی یتیم بھی ہاں غریب بھی ہاں نال زخمی بھی ہاں تیری منت پئی کرے دیا کدا تو تیری قیدا چھٹ سے جڑے ویلے لوٹ گھنن ونجے ہاتھ بھر کے آ دیے میرے در ضرور گھنے انہاں درا کو چاہ کے میری قبر اج سید آزادی اصغر دی بھیڑ واسطے در گھنائیے ایو ارمان نوکر پوا بڑائیے آج تو آپ میں آ آدھی اما دا جایا ہن بابے دا سر آج میں دے سینے تے رکھ ہن دیکھ سا پیر شاید عباس کس کس اکھ تے نوید مہر لگی ہوئی ہے سجاد سر رکھے پہلا وین بابا مینو بہ مارا نے دوجا وین بابا مینو گھوڑا نال بھجایا نے اگلا وین یو جیا کیتا جو زینب دا متھا دیوار نال لگا رو رو کے پیا دی بابا شام غریبا اگر ظالم آکھے آدر میں کو لہا دے میں آپ لہا دے بابا تیری قسم دے اوکل کنڈے بند رہ گئے در لہ گئے اگلا وین بابا مینو نہ کندھاں دے نال بلے دے جنہاں دے ڈھان دا خطرہ آخری وین اچالے ہیو جیا کیتا ہے شام دی زمین کو زلزلہ آیا ہے رو رو کے بیا دی اکھی کھولے میں بڈڑی تھی گئی حسین دی آواز پیا دی بڈڑی جو تھی گئی ہے ود کیویں ودی نبھدی پیشانی تے بہت سارے کے پیا دی رک سار گوا ان دی تیری دیا جڑے شامی آز اللہ مکمایا پہلے در لائے وات چادر لٹیاں وات خیمے آن جلائے وچ زبرا دے بھیڑ تری دے اٹھ گھوڑا نا اب صاحب اولاد دین میرو رکھے ایم وین تو بعد اصغر دی بھین دے ہاتھ چھٹ گئے امام دی رات ودیے بی بی زینب دی آواز پیان دیے سجا تیری بھین مر گئی بسم اللہ دا ثواب ہوئے والد مرحوم نو اس سے مقام تھے پوری زندگی والد صاحب آدھے رہے شیعو پیو تے دید نصیب عجیب جے دی ملن گئی آئی تا پیو دی مک گئی آج پیو ملن آیا تا دید مک گئی جیڑی آدھی آئی بابا نیاز مانگ نیاز مانگ نصیر جی میں جی میں نیاز مانگ نو جناب سجاد دا فرمان غور نال سنائے باکر دا بابے دی رات ودیے فرمان جڑا ساکو منے سی تاش نہ کھیر سی ہائے کر چھوڑو جڑا سادا وفادار ہو سی شراب نہ پی سی رو رو کے بے فرمان شیو میں کہ دسا تاش اور شراب دی وجہ نال چار گھنٹے میں بھیڑ دے غسل واسطے پانی منگدا رہیاں او چلے او پانی ملا وضو تو بھی تھوڑا غسل ہویا ہن جے ہے نہ کیتی شاید ابا جی میں ارمان لے کے اُج تو ایسا ایمان نال لسائے دھی امیر گھر دی ہوئے بھاویں غریب گھر دی ہوئے پیکے امیر ہوئے یا غریب ہوئے خواہش پیکر دی ہوئے کفر سادہ ہوئے
غسل تو بعد فضا سجا ہاتھ وجایا حقل مار کے آدھیے پے کے جو کفن دیو جی میں جو ابا کی تھی گڑا آدھے دادی میں غریب اتھا کفن کوئی نہ آج سیدادی کربلا دا کفن کی نہیں ہے ایوں شہر دا گفن ہے جتا حسین ستا بھی ہے غسل ہویا کفن ہویا جنازہ تیار ہویا امام دی رات ودیے فرمیندر باقر زندان دی دیوار تے چڑھ بیٹھ اذان دے متا کوئی غریب سمجھ کے سارے جنازے شرکت کریں دو انجو کہے دخانے دی کندھ تے چڑھ گیا تے دیتی باقر یان اذان پڑھو جنازہ ہائے وہ کہے دن دا یت شام دے مسلا ماں نے میرے پیو دی مارا مشیر گئی تے وچ شام والے زندہ نے بیٹھا پوچھ دے بابا ہائے وہ قیدیاں دا دسو کہ جا قبرستان محمد باقر آواز دیتی اتے شام شہر دے واسی ادرود دے ویلے مر گئی ہے میری پھوپھی اللہ میرا بابا ہک کلا ہے او کیویں میاں دو بھیڑ دا چیسی اچھا واو جنازہ کہہ دن دا احسان تو سادا سادا تو مومنین جناب باقر آن دیتی شام دے وچ کتھائیں بھائی چاچا میر حسین آواز پہنچی یا کوئی نہ بزرگ میں پڑھدے ہن جیڑی بانگ ملی ہے شام دے وچ تے مدینے سنی دی پئی اے آکی افا تے میں سورا نانی اتے بھیڑ میری او میں نال جاس دے ریکھ رہی ہوں اتے قبر کھٹی دی پئیے وقت اخیر دے بھین میری میں کو یاد کریں دی انج بھین دا جنازہ کنی آلے ہتھاں تے چائس اچھلے ہو بھین دے ہاتھی بدھے ہوئے تے بھرا دے ہاتھی بدھے ہوئے تے رو رو کے پیا دینا میں کون لوگو سجادہ دینا میں موئی ہوئی بھی شکل بنا باوی چاہیے آنا یہ گڑڑی نہیں چوتھی گلی سردار ہو تو دادا سیدہ داخل ہوئے امام دا داخل ہونا شامی کہہ کے مار کے حسین اچھا لے آؤ انہ دا حسنا ہا حجت خدا مٹی تے بیٹھیں رو رو کے پہ فرمینن مسافر میں مدینے دا میں تھے اتنی غریبی ہے کفن دی جا معصوما کو اوہ چولا اے ہنوں اللہ جوانی نصیب کر بڑے پرانے آزادار ماتی میٹھے نقشہ بنائے انج بھیڑ دا جنازہ نہ لئی کہ ویلے حیاتی ہوئی آسمان دوڑے دے کہ ویلے حجت خدا بھیڑ دا چہرہ دے دے نقشہ بنائے تے رو رو کے پے آدن خدا بندہ
ਵਾਹਰਾ ਰਈਏ ਦਰਦੀ ਸ਼ਿਮਰੇ ਤੂੰ ਮਤਾ ਮਈਅਤ ਤੂੰ ਆ ਮਾਰੇ ਮੈਂ ਹਾ ਦੇਣਾ ਹੱਥ ਨਬਦੇ ਕਰੋ ਹੁਕਮ ਅਜ਼ਾਦਾਰ ਦੀ ਬੜੀ ਸ਼ਾਨ ਹੈ ਯਕੀਨ ਕਰਾਏ ਉੱਚ ਦੇ ਸਰਦਾਰੋ ਖੱਟੀ ਖਟਾਈ ਕਬਰ ਮਿਲੀ ਹੈ ਕਰ ਛੋੜੋ ਯਕੀਨ ਕਰਾਏ ਰਤ ਵਧੀਆ ਦਿੰਦਾ ਦਿਓ ਮੈਂ ਕਬਰ ਚਲਾਉਣਾ ਮੇਰੀ ਭੈਣ ਦਾ ਮਈਅਤ ਮੇਰੇ ਹੱਥਾਂ ਤੇ ਰੱਖ ਯਕੀਨ ਕਰਾਏ ਇਮਾਮ ਇਰਾਦਾ ਕੀਤਾ ਕਬਰ ਚਲਾਵਾਂ ਸੈਯਦਾਦਾ ਚਾਰ ਹੱਥ ਬਹਿਰੈਨ ਹੌਲੇ ਹੌਲੇ ਆਵਾਜ਼ ਆਈਏ ਮੈਂ ਹੁਸੈਨ ਖੱਬੇ ਬਾਜ਼ੂ ਆਵਾਜ਼ ਆਈਏ ਮੈਂ ਕਾਸਿਮਾ ਦੂਜੇ ਬਾਜ਼ੂ ਆਵਾਜ਼ ਆਈਏ ਵੀਰਣ ਮੈਂ ਅਕਬਰ ਅਕਬਰ ਦੇ ਹੱਥਾਂ ਤੇ ਸਜਾਦ ਭੇਣ ਦਾ ਮਈਅਤ ਰੱਖੇ ਤੇ ਆਖਾ ਕੇਸ ਰੋਕਿਆ ਦੇ ਹੀ ਵੀ ਥੱਕੀ ਹੋਈ ਸ਼ਾਮ ਦੇ ਪੱਥਰ ਜਲੇ ਦੀ ਬਾਜ਼ਾਰਾਂ ਵਿੱਚ ਇਹਦੇ ਸਰ ਤੇ ਹੱਥ ਨਾ ਲਾਵੇ ਅਸਾਂ ਪਿਓ ਤੇ ਪੁੱਤਰ ਪਾਬੰਦ ਹਾਏ ਇਹਦੇ ਜ਼ੇਵਰਿਆ ਬਿਸਮਿਲਾ ਆਖਰੀ ਪੁਰਸ਼ ਜਿਹੜੇ ਸੈਲ ਬੈਠੋ ਮੈਨੂੰ ਮਾਫ ਚੱਕਰ ਆਏ ਜਦੋਂ ਇਮਾਮ ਨੇ ਲਫ਼ਜ਼ ਆਖੇ ਮਈਅਤ ਕੰਮ ਗਈ ਹੈ ਹੌਲੇ ਹੌਲੇ ਵਾਰੀਏ ਸਜਾਦ ਵੀਰ ਬਾਬਾ ਵੀ ਆ ਗਈ ਹੈ ਅਕਬਰ ਵੀਰ ਵੀ ਆ ਗਏ ਹੈ ਅੱਲਾ ਦੇ ਨਾਂ ਤੇ ਲੱਸਾ ਮੇਰਾ ਚਾਚਾ ਗਾਜ਼ੀ ਆਇਆ ਜਾਂ ਨਹੀਂ ਆਇਆ ਹੌਲੇ ਹੌਲੇ ਆਵਾਜ਼ ਆਈਏ ਮੈਂ ਆ ਗਿਆ ਮੇਰੇ ਬਾਜ਼ੂ ਜੋ ਕੋਈ ਨਹੀਂ ਬੀਬੀ ਦੀ ਮਈਅਤ ਕੰਮ ਗਈ ਹੈ ਹੌਲੇ ਹੌਲੇ ਵਾਰੀਏ ਸਾਰੇ ਸੱਜਣ ਆ ਗਏ ਹੋ ਅੱਜ ਇੱਕ ਦੁੱਖ ਦੱਸੇ ਸਾਂ ਜਿਹੜਾ ਮਾਸ਼ਰ ਵਾਲੇ ਡੀ ਵੀ ਨਹੀਂ ਭੁੱਲਣਾ ਇਮਾਮ ਦੀ ਵਾਰੀਏ ਬੱਚੜਾ ਦੱਸ ਰੋਕਿਆ ਦੀਏ ਅਲੀ ਅਕਬਰ ਦੀਵਾ